ਮੁੱਲਾਪੁਰ ਵਿਖੇ ਹੋਈ ਸਿੱਖ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਹੁਣ ਪੱਖ ਦਾ ਜਾ ਰਿਹਾ ਹੈ ਅੱਜ ਸਿੱਖ ਜਥੇਬੰਦੀਆਂ ਵੱਲੋਂ ਮੁੱਲਾਪੁਰ ਦੇ ਐਸਡੀਐਮ ਅਤੇ ਆਰਓ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੋਰੰਡਨਾ ਜੀ ਆਪ ਜੀ ਨੂੰ ਮੀਡੀਆ ਨੂੰ ਸਾਰਿਆਂ ਨੂੰ ਪਤਾ ਹੀ ਹੈ ਕੱਲ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਹੈ ਜੀ ਅਸੀਂ ਮੋਰੰਡਨ ਇਹ ਦਿੱਤਾ ਜੀ ਜਿਹੜਾ ਸਿੱਖ ਨੌਜਵਾਨ ਆ ਗੁਰਸੇਵਕ ਸਿੰਘ ਗੂਰਾ ਜੀ ਬੱਦੂਵਾਲ ਤਰਨਦੀਪ ਸਿੰਘ ਜੀ ਉਹ ਗੁਰਸੇਵਕ ਸਿੰਘ ਗੂਰਾ ਜਿਹੜਾ ਉਹਦੀ ਦਸਤਾਰ ਲਾਈ ਗਈ ਹੈ ਜੀ ਉਹਦਾ ਕੰਗਾ ਵੀ ਸਿਰ ਤੇ ਹੈ ਨਹੀਂ ਵਾਲ ਉਹਦੇ ਖਿੰਡੇ ਹੋਏ ਆ ਜੀ ਕਾਰਨ ਦੀ ਬੇਇਜ਼ਤੀ ਕੀਤੀ ਗਈ ਆ ਅੱਜ ਅਸੀਂ ਅ ਨਰਪਕ ਇੰਟਰਨੈਸ਼ਨਲ ਸੇਵਾ ਸੁਸਾਇਟੀ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਤਕਾਰ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਹਾਂ ਜੀ ਮਨੁੱਖੀ ਅਧਿਕਾਰ ਦੇ ਇਹ ਤਿੰਨੇ ਕਮੇਟੀਆਂ ਜਿਹੜੀਆਂ ਅੱਜ ਆ ਕੇ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤਾ ਮੰਗ ਪੱਤਰ ਇਹ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਭਾਰਤਪੂਰਨ ਆਸ਼ੂ ਕੈਬਨਟ ਮੰਤਰੀ ਤੇ ਕਿਉਂਕਿ ਅੱਗੇ ਵੀ ਉਹਨਾਂ ਨੇ ਕੁੱਟਮਾਰ ਦੇ ਕਈ ਇਹ ਘਟਨਾਵਾਂ ਹੋਈਆਂ ਚਲੋ ਅੱਗੇ ਕਿਸੇ ਨੇ ਨਹੀਂ ਗੋਲਿਆ ਇਹ ਅਸੀਂ ਸਿੱਖ ਹੋਣ ਦੇ ਨਾਤੇ ਕਿਉਂਕਿ ਉਹ ਇੱਕ ਅਮਰਤਾਰੀ ਸਿੱਖ ਸੀ ਕਿਉਂਕਿ ਜਿਹੜੇ ਕਕਾਰ ਲਾਏ ਗਏ ਆ ਪੱਗ ਇਹ ਪੱਗ 6 ਮੀਟਰ ਦੀ ਬੰਨਦਾ ਕੋਈ 7 ਮੀਟਰ ਦੀ 8 ਮੀਟਰ ਦੀ ਇਹ ਕਪੜਾ ਨਹੀਂ ਹੈਗਾ ਇਹ ਪੱਗ ਆ ਜਿਹੜੀ ਗੁਰੂ ਸਾਹਿਬਾਨ ਨੇ ਸਾਨੂੰ ਦਾਤ ਬਖਸ਼ੀ ਹੋਈ ਆ ਉਹ ਅਸੀਂ ਪੱਗ ਬੰਨਦੇ ਆ ਜਿਹੜੀ ਅੱਜ ਸਾਨੂੰ ਵਰਲਡ ਦੇ ਵਿੱਚ ਸਿੱਖ ਦੀ ਪਛਾਣ ਕੀਤੀ ਜਾਂਦੀ ਹੈ ਕਿਉਂਕਿ ਕਿੰਨੇ ਪੁਲੀਸ਼ ਸ਼ੇਪ ਹੋਣ ਜਾਂ ਕੋਈ ਕਿਸੇ ਤਰ੍ਹਾਂ ਨਾਲ ਉਹ ਸਿੱਖ ਦੂਰੋਂ ਹੀ ਪਛਾਣਿਆ ਜਾਂਦਾ ਅਗਲਾ ਕਹਿੰਦਾ ਜੀ ਉਹ ਦੇਖੋ ਸਿੱਖ ਹੁੰਦਾ ਉਹਦੇ ਕਕਾਰਾਂ ਦੀ ਬੇਅਦਬੀ ਕੀਤੀ ਆ ਤੇ ਅਸੀਂ ਕੱਲ ਬੜਗਾੜੀ 4 ਸਾਲ ਹੋ ਗਏ ਪੂਰੇ ਜੋ ਬੇਅਦਬੀ ਹੋਈ ਹੈ ਬਹਿਬਲ ਕਾਂਡ ਜੀ ਉਹ ਕੱਲ ਉਥੇ ਸਰਦਾਰ ਸਿਮਰਜੀਤ ਸਿੰਘ ਮਾਨ ਸ਼ਰੋਨੀ ਅਕਾਲੀ ਦਲ ਅੰਮ੍ਰਿਤਸਰ ਜੀ ਦਾਲ ਖਾਲਸਾ ਯੂਨਾਈਟਿਡ ਅਕਾਲੀ ਦਲ ਜੀ ਸਾਰੇ ਜਥੇਬੰਦੀਆਂ ਉੱਤੇ ਇਕੱਠੇ ਹੋ ਕੇ ਅਰਦਾਸ ਸਮਾਗਮ 'ਚ ਅਸੀਂ ਵੀ ਜਾਵਾਂਗੇ ਅੱਜ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਇਹ ਕਾਰਵਾਈ ਕਰਦੇ ਆ ਠੀਕ ਆ ਨਹੀਂ ਤਾਂ ਅਸੀਂ ਫਿਰ ਕੱਲ ਨੂੰ ਹੋਰ ਜਥੇਬੰਦੀਆਂ ਨਾਲ ਸਲਾਹ ਕਰਕੇ ਜਿਹੜੀ ਅਗਲੀ ਸਾਡੀ ਰਾਜਨੀਤੀ ਜਾਂ ਅਗਲਾ ਜੋ ਵੀ ਪ੍ਰੋਗਰਾਮ ਆ ਤੁਹਾਨੂੰ ਸਾਰਾ ਮੀਡੀਆ ਨੂੰ ਦੱਸਿਆ ਜਾਊਗਾ ਜੀ ਅੱਗ ਆ ਸਾਡੀ ਗੁਰੂ ਸਾਹਿਬ ਦੀ ਬੇਇੱਜ਼ਤੀ ਹੋਈ ਹੈ ਜੀ ਅਸੀਂ ਉਹ ਸਿੱਖ ਨੌਜਵਾਨ ਨੂੰ ਗੂਰੇ ਨੂੰ ਵੀ ਕਹਿ ਰਹੇ ਆ ਗੁਰਸੇਵ ਸਿੰਘ ਗੂਰਾ ਜੀ ਨੂੰ ਵੀ ਕਹਿ ਰਹੇ ਆ ਵੀ ਉਹ ਆਪਣੇ ਤੌਰ ਤੇ ਵੀ ਇਹ ਇਹ ਨਹੀਂ ਅਸੀਂ ਕਹਿੰਦੇ ਵੀ ਉਹ ਕਾਂਗਰਸੀ ਆ ਜਾਂ ਕੌਣ ਆ ਉਹ ਆਪਣੇ ਸਿੱਖ ਹੋਣ ਦੇ ਅਮਰਧਾਰੀ ਹੋਣ ਦੇ ਨਾਤੇ ਉਹ ਵੀ ਆਪਦੇ ਤੌਰ ਤੇ ਪਰਚਾ ਦਰਜ ਕਰਾਇਆ ਜਾਵੇ ਸੂ ਮੰਤਰੀ ਦੇ ਉੱਤੇ ਅੱਡਾ ਖੁਦ ਕਾਂਗਰਸੀ ਆ ਕਈ ਸਾਲਾਂ ਤੋਂ ਦਾਦੇ ਪੜਦਾਦੇ ਜੋ ਸੋਸ਼ਲ ਮੀਡੀਆ ਤੇ ਅਸੀਂ ਦੇਖਿਆ ਕਿਉਂਕਿ ਸਾਨੂੰ ਉਹ ਨਿੱਜੀ ਤੌਰ ਤੇ ਨਾਂ ਜਾਣਦਾ ਨਾ ਹੀ ਸਾਨੂੰ ਪਤਾ ਕੌਣ ਆ ਉਹ ਅਸੀਂ ਤਾਂ ਇੱਕ ਖੋਦ ਅਮਰਤਾਰੀ ਅਸੀਂ ਆ ਅਸੀਂ ਇੱਕ ਸਿੱਖ ਹੋਣ ਦੇ ਨਾਤੇ ਜੋ ਉਹਦੀ ਬੇਇੱਜ਼ਤੀ ਕੀਤੀ ਆ ਉਸ ਰੋਜ਼ ਦੇ ਵਜੋਂ ਅਸੀਂ ਆਏ ਆ ਸੀ ਸਮਾਂ ਦੇਖੋ ਜੀ ਅੱਜ ਦਿੱਤਾ ਵਾ ਹੁਣ ਦੇਖਦੇ ਆ ਕੱਲ ਤੱਕ ਕੱਲ ਜਿਹੜੀਆਂ ਦੂਜੀਆਂ ਜਥੇਬੰਦੀਆਂ ਮੂਰਚਾ ਮੜਗਾੜੀ ਚ ਆਉਣਗੀਆਂ ਜੀ ਉਹਨਾਂ ਦਾ ਵਿਚਾਰ ਕੀਤਾ ਜਾਊਗਾ ਫਿਰ ਆਪ ਸਾਰੀ মিডিਆ ਤੁਹਾਡਾ ਧੰਨਵਾਦ ਕਰਦੇ ਆ ਸਾਰੇ মিডিਆ ਦੇ ਜਿਹੜੀਆਂ ਤੁਸੀਂ ਖਬਰਾਂ ਦੇਸ਼ ਵਿਦੇਸ਼ ਵਿੱਚ ਪਹੁੰਚਾਉਂਦੇ ਆ ਸਾਨੂੰ ਵਿਚਾਰ ਕੇ ਜੋ ਹੋਊਗਾ মিডিਆ ਦੇ ਸਾਹਮਣੇ ਹੋ ਸਕਦਾ ਅਸੀਂ ਕਾਨੂੰ ਤੁਹਾਨੂੰ ਕਾਲ ਕਰਦੀਏ ਜੋ ਵੀ ਸਾਡਾ ਅਗਲੀ ਕੋਈ ਪ੍ਰੋਗਰਾਮ ਹੋਊਗਾ ਲਿਖਿਆ ਉਹ 21 ਤੋਂ ਪਹਿਲਾਂ ਹੀ ਦਵਾਂ ਕਿਉਂਕਿ 21 ਤੋਂ ਬਾਅਦ ਫਾਇਦਾ ਨਹੀਂ ਜਦੋਂ ਇਲੈਕਸ਼ਨ ਨਹੀਂ ਲੰਘੇ ਜੀ ਠੀਕ ਹੈ ਨਾ ਜੀ ਉਹ ਤੁਹਾਨੂੰ ਦੱਸਿਆ ਜਾਊਗਾ ਜੀ ਸਾਰੀ মিডিਆ ਨੂੰ ਸਿੱਖ ਨੌਜਵਾਨ ਨਾਲ ਕੁੱਟਮਾਰ ਦੇ ਜੋ ਦੋਸ਼ ਕੈਬਨਿਟ ਮੰਤਰੀ ਤੇ ਲੱਗ ਰਹੇ ਹਨ ਇਹ ਮਾਮਲਾ ਹੁਣ ਪੂਰੀ ਤਰ੍ਹਾਂ ਭਗ ਚੁਕਿਆ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਲੈਕਸ਼ਨ ਤੇ ਇਸ ਦਾ ਕੀ ਅਸਰ ਪੈਂਦਾ ਹੈ ਦੇਖਣ ਵਾਲੀ ਗੱਲ ਹੋਵੇਗੀ ਕੈਮਰਾਮੈਨ ਗੋਲਦੀ ਦੇ ਨਾਲ ਅਮਨਦੀਪ ਖੈਰਾ ਟਾਈਮਸ ਪੰਜਾਬ ਟੀਵੀ